चौका सोचा। चलो जी यार चाहिए अस्सलामुअलैकुम जी, मैं अंजम सरोया इस टाइम लाहौर दे विच आ। मैं इस टाइम लाहौर दे बड़े वड्डे होटल दे विच आ। ना की ना नहीं मैं पढ़िया ਤੇ ਇਸ ਟਾਈਮ ਵਕਾ ਚਲੋ ਉਧਰ ਉਧਰ ਲੱਗਾ ਅੱਛਾ ਉਧਰ 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 ਕਰ ਰਹੀ ਚੱਲਦਾ ਹਾਂ ਆਪਣਾ ਤੁਸੀਂ ਇਸ ਟਾਈਮ ਮੈਂ ਲਾਹੌਰ ਦੇ ਵਿੱਚ ਆ ਮੀਆਂ ਵਕਾਸ ਸਾਹਿਬ ਸਾਡੇ ਕੋਲ ਖਲੋਤੇ ਜੀ ਸਾਡੇ ਮੇਜ਼ਬਾਨ ਆ ਤੇ ਅਸੀਂ ਆਏ ਸੀਗੇ ਇੱਥੇ ਉਸਮਾਨ ਇੱਥੇ ਆ ਜਾ ਅਸੀਂ ਆਏ ਸੀ ਇੱਥੇ ਪੰਜਾਬੀ ਦੀ ਕਾਨਫਰੰਸ ਸੀ ਕੋਈ ਅਸੀਂ ਉਹ ਭਗਤਾਈ ਆ ਤੇ ਇੱਥੇ ਸਾਡੇ ਚੜ੍ਹਦੇ ਪੰਜਾਬ ਚੋਂ ਸਾਡੇ ਪ੍ਰਾਹੁਣੇ ਆਏ ਆ ਹਾਂਜੀ ਹਾਂਜੀ ਸਾਡੇ ਉਹ ਭੈਣ ਭਰਾ ਉਧਰੋਂ ਸਾਨੂੰ ਮਿਲਣ ਵਾਸਤੇ ਆਏ ਤਾਂ ਉਹ ਆਏ ਆ ਲੇਕਿਨ ਉਹਨਾਂ ਕਿਹਾ ਵੀ ਸਾਨੂੰ ਮਿਲਣਾ ਤੇ ਮੈਂ ਫਿਰ ਇੱਥੇ ਲਾਹੌਰ ਆਇਆ ਮੈਂ ਕਿਹਾ ਵੀ ਮਿਲਦਾ ਵਕਾਸ ਸਾਹਿਬ ਨਾਲ ਰਾਬਤਾ ਕੀਤਾ ਤੇ ਹੁਣ ਅਸੀਂ ਪਹੁੰਚ ਗਏ ਇੱਥੇ ਤੇ ਆਓ ਉਹਨਾਂ ਨੂੰ ਮਿਲਦੇ ਹਾਂ ਜਾਓ ਤੁਸੀਂ ਮਿਲੋ ਸਾਨੂੰ ਜੀ ਰੋਟੀ ਅਸੀਂ ਖਾ ਲਈ ਆ ਜੀ ਸਾਨੂੰ ਚਾਹ ਮਠਿਆਈ ਵਕਾਸ ਸਾਹਿਬ ਖਿਲਾਉਣ ਲੱਗੇ ਮੰਗਾਓ ਮੰਗਾਓ ਗੱਡੀ ਦੀ ਬੈਕ ਸਾਈਡ ਤੇ ਇੱਕ ਪਿਆਰ ਦੀ ਮਠਾਈ ਉਹ ਉੱਤੇ ਕਮਰੇ 'ਚ ਪਹੁੰਚਾਓ डोली आई सी चल रहे मैं क्या वो मुबारक बना ले क्या ਸਤਿ ਸ਼੍ਰੀ ਅਕਾਲ ਮੇਰਾ ਪੁੱਤ ਹੋਰ ਜੀ ਅੱਛਾ ਇੱਕ ਮਿੰਟ ਦਿਸ਼ਾ ਬੰਦ ਕਰੀ ਹਰਮੀਤ ਹਾਂਜੀ ਚਲੋ ਬੈਠ ਜਾ ਚਾਹੇ ਤੂੰ ਸੌਖਾ ਰਹੇਗਾ ਅਸੀਂ ਨਾ ਜੀ ਉਹ ਲਾਹੌਰ ਆਏ ਸੀ ਤੇ ਲਾਹੌਰ ਦੇ ਵਿੱਚ ਪੰਜਾਬੀ ਦੀ ਕਾਨਫਰੰਸ ਸੀਗੀ ਅਸੀਂ ਉਹ ਭਗਤਾ ਕੇ ਆਏ ਹਾਂ ਤੇ ਮੀਆਂ ਵਕਾਸ ਸਾਹਿਬ ਨੇ ਟੈਲੀਫੋਨ ਕੀਤਾ ਵੀ ਚੜ੍ਹਦੇ ਪੰਜਾਬ 'ਚੋਂ ਸਰਦਾਰ ਹਾਂ ਵੀ ਉਹ ਮਿਲਣਾ ਚਾਹੁੰਦੇ ਹਾਂ ਮੈਂ ਕਿਹਾ ਵੀ ਹੋਰ ਕੀ ਚਾਹੀਦਾ ਅਸੀਂ ਮਿਲਦੇ ਹਾਂ ਇੱਥੇ ਹੁਣ ਹੋਟਲ ਦੇ ਵਿੱਚ ਪਹੁੰਚ ਗਏ ਹਾਂ ਤੇ ਹਰਮੀਤ ਬਾਈ ਆਪਣਾ ਨਾ ਪਤਾ ਪੂਰਾ ਦੱਸਿਓ ਪਿਛੋਕੜ ਦੱਸਿਓ ਨਹੀਂ ਮੈਂ ਲਾਇਆ ਉਹਨਾਂ ਦੇ ਹੁਣ ਤੇ ਅਸੀਂ ਕੈਨੇਡਾ ਰਹਿੰਦੇ ਅੱਛਾ ਪਰ ਸਾਡਾ ਪਿੰਡ ਹੈਗਾ ਕੋਟ ਗਰੇਵਾਲ ਇਹ ਫਗਵਾੜੇ ਦੇ ਨੇੜੇ ਆ ਸਾਡੇ ਨੇੜੇ ਗਰਾਇਆ ਕਸਬਾ ਆ ਫਲੋਰ ਸਾਡੀ ਤਹਿਸੀਲ ਆ ਕੋਟ ਗਰੇਵਾਲ ਅੱਛਾ ਹਾਂਜੀ ਵੈਸੇ ਸਾਡੇ ਜਿਹੜੇ ਬਜ਼ੁਰਗ ਸੀਗੇ ਮੇਰੇ ਜਿਹੜੇ ਬਾਪਾ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਨਾ ਤੇ ਸਤਲੁਜ ਤੋਂ ਪਰਲੇ ਪਾਸੇ ਸੀਗਾ ਗੋਰਿਆਂ ਦਾ ਰਾਜ ਤੇ ਉਹਨਾਂ ਦਾ ਕਿਸੇ ਗੋਰੇ ਨਾਲ ਪੰਗਾ ਪੁੰਗਾ ਪੈ ਗਿਆ ਤੇ ਉਹਨੇ ਗੋਰਾ ਵੱਢ ਸਿੱਟਿਆ ਤੇ ਉਹ ਫਿਰ ਇੱਧਰ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਉਹਨਾਂ ਨੂੰ ਇੱਥੇ ਜ਼ਮੀਨ ਦੇ ਦਿੱਤੀ ਤੇ ਫਿਰ ਉਹ ਉਦੋਂ ਦੇ ਇੱਥੇ ਸਾਡਾ ਪਰਿਵਾਰ ਜਿੱਦਾਂ ਇੱਥੇ ਹੀ ਆ ਉਹ ਜਿਹਨੇ ਗੋਰਾ ਵੱਢਿਆ ਸੀ ਉਹ ਤੁਹਾਡਾ ਕੀ ਲੱਗਦਾ ਸੀ
ਮੇਰੇ ਬਾਬਾ ਜੀ ਦਾ ਬਾਬਾ ਸੀਗਾ। ਅੱਛਾ ਉਹ ਉਹਨਾਂ ਦੀ ਪੁਸ਼ਤ ਤਾਂ ਤੁਸੀਂ ਆ। ਹਾਂਜੀ ਹਾਂਜੀ। ਸੋ ਮੇਰੇ ਬਾਬਾ ਜੀ ਸੀਗੇ ਗੁਰਬਚਨ ਸਿੰਘ, ਮੇਰੇ ਪੜਦਾਦਾ ਜੀ ਸੀਗੇ ਨਰਾਇਣ ਸਿੰਘ, ਤੇ ਗਾਂ ਉਹਨਾਂ ਦੇ ਜਿਹੜੇ ਡੈਡੀ ਸੀਗੇ ਉਹਨਾਂ ਦਾ ਨਾਂ ਸੀਗਾ ਖਜਾਨ ਸਿੰਘ। ਸੋ ਉੱਥੇ ਤੱਕ ਮੈਨੂੰ ਪਤਾ ਹੈ। ਇੱਥੇ ਤੱਕ ਵੀ ਅੱਜ ਕਿਸੇ ਨੂੰ ਨਹੀਂ ਪਤਾ ਜਿੱਥੇ ਤੱਕ ਤੁਸੀਂ ਪਤਾ ਕੀਤੀ ਫਿਰਦੇ। ਹਾਂਜੀ। ਜਿਹੜੇ ਬਜ਼ੁਰਗਾਂ ਦੀ ਤੁਸੀਂ ਔਲਾਦ ਆ ਨਾ ਜੀ, ਹਾਂਜੀ, ਉਹਨਾਂ ਨੂੰ ਸਾਡਾ ਦੋ ਹੱਥਾਂ ਨਾਲ ਸਲਾਮ। ਬਹੁਤ ਮਿਹਰਬਾਨੀ ਜੀ। ਹਾਂਜੀ, ਕਿਉਂ ਤੁਸੀਂ ਦੱਸਿਆ ਵੀ ਉਹਨਾਂ ਨੇ ਅੰਗਰੇਜ਼ ਵੱਢਿਆ ਸੀ। ਅੱਛਾ, ਜਿਸ ਇਲਾਕੇ ਦਾ ਮੈਂ ਇੱਕ ਤਾਂ ਤੁਹਾਨੂੰ ਮੈਂ ਦੱਸਾਂ, ਕੋਟ ਗਿਰੇਵਾਲ ਦੇ ਬੰਦੇ ਸਾਡੇ ਰਿਸ਼ਤੇਦਾਰ ਵੀ ਆ, ਸਾਡੇ ਪਿੰਡ 'ਚ ਵੀ ਬੈਠੇ। ਸੱਚੀ ਬੈਠੇ? ਹਾਂ ਬੈਠੇ। ਅੱਛਾ, ਗਿਰੇਵਾਲ ਆ ਉਹਨਾਂ ਦੀ ਗੋਤ, ਗਿਰੇਵਾਲ। ਹਾਂਜੀ, ਗਰੇਵਾਲ। ਹਾਂਜੀ, ਗਿਰੇਵਾਲ ਸਾਡੇ ਕਹਿੰਦੇ ਗਰੇਵਾਲ। ਹਾਂਜੀ। ਅੱਛਾ, ਉਹ ਬੈਠੇ ਆ। ਦੂਜੀ ਗੱਲ, ਜਿਹੜੇ ਤੁਸੀਂ ਦੱਸਿਆ ਵੀ ਅੰਗਰੇਜ਼ ਜਿਹੜੇ ਇਲਾਕੇ ਦਾ, ਮੈਂ ਨਾ ਜੀ, ਸਾਡਾ ਜ਼ਿਲ੍ਹਾ ਲੈਲਪੁਰ ਆ, ਤਹਿਸੀਲ ਸਾਡੀ ਆ ਤਾਂਦਲਿਆਂ ਵਾਲਾ। ਤਹਿਸੀਲ ਸਾਡੀ ਦੇ ਵਿੱਚ ਰਾਏ ਅਹਿਮਦ ਖਾਂ ਖਰਲ ਜੀ ਸਾਡੀ ਤਹਿਸੀਲ ਦਾ ਹੋਇਆ। ਠੀਕ ਜੀ। ਅਤੇ ਉਹਨਾਂ ਨੇ ਬਰਕੱਲੇ ਨੂੰ ਵੱਢਿਆ ਸੀ ਅੰਗਰੇਜ਼ ਨੂੰ। ਅਸੀਂ ਅੱਜ ਤੱਕ ਨਾ ਜੀ, ਹਾਲਾਂਕਿ ਉਹ ਸਾਡੇ ਉਹ ਰਿਸ਼ਤੇਦਾਰ ਨਹੀਂ ਸੀ, ਲੇਕਿਨ ਸਾਡੇ ਬਜ਼ੁਰਗ ਤਾਂ ਹੈ ਸੀ ਨਾ ਜੀ ਸਾਡੇ। ਅਸੀਂ ਅੱਜ ਵੀ ਸੀਨਾ ਚੌੜਾ ਕਰਕੇ ਗੱਲ ਕਰਦੇ ਹਾਂ ਵੀ ਅਸੀਂ ਰਾਏ ਅਹਿਮਦ ਖਾਂ ਦੀ ਧਰਤੀ ਦੇ ਰਹਿਣ ਵਾਲੇ ਹਾਂ, ਸਾਡੀ ਤਹਿਸੀਲ ਦਾ ਸੀ। ਬਿਲਕੁਲ। ਅਤੇ ਤੁਸੀਂ ਤਾਂ ਉਹਨਾਂ ਦੀ ਨਸਲ 'ਚੋਂ ਜਿਨ੍ਹਾਂ ਨੇ ਇਹ ਮਰਦਾਨਗੀ ਕੀਤੀ ਸੀ। ਹਾਂਜੀ। ਵੀ ਜਿੱਦਾਂ ਬਾਬਾ ਜੀ ਰਣਜੀਤ ਸਿੰਘ ਨੇ ਅਲਮ ਬੁਲੰਦ ਕੀਤਾ ਸੀ, ਹੈ ਜੀ। ਬਿਲਕੁਲ। ਅਤੇ ਉਹ ਇੱਕ ਮੈਂ ਕਹਿੰਦਾ ਦੁਨੀਆ ਦੇ ਅੱਜ ਤੱਕ ਤਾਰੀਖ ਦੇ ਵਿੱਚ ਨਾ ਕਿਸੇ ਖਿੱਤੇ ਦੀ ਇੰਨੀ ਮੁਜ਼ਾਹਮਤ ਨਹੀਂ ਹੋਈ ਜਿੰਨੀ ਸਾਡੇ ਪੰਜਾਬ ਦੀ ਹੋਈ ਹੈ। ਬਿਲਕੁਲ ਜੀ। ਹੈ, ਅਤੇ ਚੜ੍ਹਦੇ ਪੰਜਾਬ ਵਾਲੇ ਤਾਂ ਅੱਜ ਵੀ ਆਪਣੀ ਗੱਲ 'ਤੇ ਖੜ੍ਹੇ ਆ। ਉਹ ਅੱਜ ਵੀ ਮੁਜ਼ਾਹਮਤ ਕਰਦੇ ਆ, ਕੋਈ ਕਾਨੂੰਨ ਗਲਤ ਬਣ ਜਾਵੇ ਨਾ ਕਿਸਾਨਾਂ ਦਾ, ਉਹ ਅੱਜ ਵੀ ਖੜ੍ਹੇ ਹੁੰਦੇ ਆ। ਅੱਛਾ, ਤੁਹਾਡੇ ਜਿਹੜੇ ਬਜ਼ੁਰਗ ਪਾਕਿਸਤਾਨ 'ਚੋਂ ਤਾਂ ਨਹੀਂ ਗਏ ਸੀ? ਨਹੀਂ ਜੀ, ਸਾਡੇ ਸਾਰੇ ਉੱਧਰ ਹੀ ਸੀਗੇ। ਅੱਛਾ। ਹਾਂਜੀ। ਅਤੇ ਸਾਡੇ ਅੰਬਾਲੇ 'ਚੋਂ ਆਏ ਸੀ। ਠੀਕ। ਹਾਂ, ਅਸੀਂ ਹੁਣ 4-5 ਜਣੇ ਰਹਿਮੇ ਸ਼ਾਹ ਤੋਂ ਆਏ ਹਾਂ, ਉਸਮਾਨ ਸਾਹਿਬ ਆ, ਜ਼ਿਸ਼ਾਨ। ਅਸੀਂ ਸਾਡੇ ਸਾਰਿਆਂ ਦਾ ਪਿਛਲਾ ਜ਼ਿਲ੍ਹਾ ਅੰਬਾਲਾ, ਤਹਿਸੀਲ ਨਰਾਇਣਗੜ੍ਹ, ਇਹ ਸਾਰੇ ਨਰਾਇਣਗੜ੍ਹੀਏ ਹੀ ਬੈਠੇ ਹਾਂ। ਪਿੰਡ ਪਿੰਡ ਵੱਖੋ ਵੱਖ ਆ। ਸਾਡਾ ਬਕਨੌਰ ਸੀ, ਤੁਹਾਡਾ ਕਿਹੜਾ ਸੀ? ਸਾਡਾ ਅਹਿਮਦਪੁਰ। ਅਹਿਮਦਪੁਰ? ਤੁਸੀਂ ਮਾਣਕਪੁਰੀ ਆ? ਨਹੀਂ ਨਹੀਂ ਅਹਿਮਦਪੁਰ। ਅੱਛਾ, ਇਹ ਅਹਿਮਦਪੁਰੀ ਆ। ਤੁਹਾਡਾ ਕਿਹੜਾ ਸੀ? ਰਤੌਰ। ਇਹ ਰਤੌਰੀ ਆ, ਰਤੌਰ ਨੂੰ। ਇੱਥੇ ਜਿਹੜਾ ਨਵਾਂ ਪਿੰਡ ਸਾਨੂੰ ਮਿਲਿਆ ਉਹਦਾ ਨਾਂ ਰਤੌਰੇ ਨੌ ਆ, ਜਿਹੜਾ ਤੇ ਇੰਡੀਆ ਦੇ ਵਿੱਚ ਇਹਦਾ ਨਾਂ ਰਤੌਰ ਸੀ। ਹਾਂ, ਠੀਕ ਠੀਕ ਜੀ। ਇਹ ਰਤੌਰੀ, ਉਹ ਅੰਬਾਲੇ ਦਾ ਪਿੰਡ ਆ, ਤਹਿਸੀਲ ਨਰਾਇਣਗੜ੍ਹ 'ਚ ਆਉਂਦਾ ਦੋਵੇਂ। ਨਹੀਂ, ਸਾਡਾ ਨਹੀਂ ਸੀ ਕੋਈ ਵੀ, ਜਿੱਦਾਂ ਇੱਧਰ ਕੋਈ ਨਹੀਂ ਸੀਗਾ, ਸਾਡੇ ਤਾਂ ਸਾਰੇ ਉੱਧਰ। ਸਾਡੇ ਪਿੰਡ ਦੇ ਵਿੱਚ ਮੇਰੇ ਜਿੱਦਾਂ ਮੇਰੇ ਜਿਹੜੇ ਫਾਦਰ ਸਾਹਿਬ ਸੀ, ਉਹਨਾਂ ਦੇ ਦੱਸਣ ਮੁਤਾਬਕ ਦੋ ਘਰ ਸੀਗੇ ਮੁਸਲਮਾਨਾਂ ਦੇ। ਮੈਨੂੰ ਉਹਨਾਂ ਨੇ ਨਾਮ ਵੀ ਦੱਸੇ ਸੀ, ਉਹਨਾਂ ਦੇ ਨਾਮ ਮੈਨੂੰ ਯਾਦ ਭੁੱਲ ਗਏ। ਪਰ ਸਾਡੇ ਪਿੰਡ ਦੇ ਨਾਲ ਇੱਕ ਪਿੰਡ ਆ ਅਨੀਹਰ, ਅਤੇ ਉੱਥੇ ਕਾਫ਼ੀ ਮੁਸਲਮਾਨਾਂ ਦੇ ਘਰ ਸੀ। ਉੱਥੇ ਇੱਕ ਮੁਸਲਮਾਨ ਰਾਈ ਮੁਸਲਮਾਨ ਪਰਿਵਾਰ ਸੀਗਾ, ਉਹਨੂੰ ਮੁਹੰਮਦੋ ਰਾਈ ਕਹਿੰਦੇ ਸੀਗੇ। ਅੱਛਾ, ਮਾਸ਼ਾ। ਹਾਂਜੀ। ਅਤੇ ਉਹ ਕਾਫ਼ੀ ਜਿੱਦਾਂ ਉਹਨਾਂ ਦਾ ਤਕੜਾ ਪਰਿਵਾਰ ਸੀ, ਉਹਨਾਂ ਦਾ ਰਸੂਖ ਸੀਗਾ ਜਿੱਦਾਂ, ਅਤੇ ਕਾਫ਼ੀ ਜਿੱਦਾਂ ਮਤਲਬ ਵਧੀਆ ਬੰਦੇ ਸੀ ਉਹਨਾਂ ਦੀ। ਮੇਰੇ ਬਾਬਾ ਜੀ ਨਾਲ ਬਹੁਤ ਜਿੱਦਾਂ ਭਰਾਵਾਂ ਵਾਲਾ ਸੀਗਾ, ਹੈ ਨਾ, ਉਦੋਂ ਭਰਾ ਸਾਰੇ ਹੀ ਭਰਾ ਸੀ। ਹਾਂਜੀ, ਕੋਈ ਮਾਸਾ ਵੀ ਫਰਕ ਨਹੀਂ ਸੀ। ਅੱਛਾ। ਉਹ ਮੈਨੂੰ ਜਿੱਦਾਂ ਲਾਈਕ ਮੈਂ ਆਪਣੇ ਫਾਦਰ ਸਾਹਿਬ ਤੋਂ ਉਹਨਾਂ ਦੀਆਂ ਗੱਲਾਂ ਜਿੱਦਾਂ ਸੁਣੀਆਂ ਵੀ ਉਹ ਭਰਾਵਾਂ ਵਾਂਗੂ ਰਹਿੰਦੇ ਸੀਗੇ, ਅਤੇ ਫਿਰ ਜਦੋਂ ਵੰਡ ਹੋਈ ਅਤੇ ਉਹ ਜਿੱਦਾਂ ਆਏ ਸਾਡੇ ਘਰ, ਜਿੱਦਾਂ ਮੇਰੇ ਬਾਬਾ ਜੀ ਲੰਬੜ ਸੀਗੇ, ਅਤੇ ਉਹਨੂੰ ਕਹਿੰਦੇ ਲੰਬੜਦਾਰਾ ਵੀ ਆਪਾਂ ਭਰਾਵਾਂ ਵਾਂਗੂ ਰਹੇ ਸਾਰੀ ਉਮਰ, ਵੀ ਆਪਾਂ ਹੈ ਨਾ, ਵੀ ਇਹ ਤਾਂ ਹੁਣ ਰੱਬ ਦੀ ਮਰਜ਼ੀ ਆ, ਰੱਬ ਦੀ ਮਰਜ਼ੀ। ਹਾਂ, ਵੀ ਤੁਸੀਂ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਉੱਥੇ ਛੱਡਿਓ, ਹੈ ਨਾ, ਕੈਂਪ ਦੇ ਵਿੱਚ। ਸਾਡੇ ਨੇੜੇ ਬਹਿਰਾਮ ਕੈਂਪ ਸੀਗਾ, ਹਾਏ ਹਾਏ, ਜੋ ਜਾਣੀ ਮੇਰੇ ਮੇਰੇ ਫਾਦਰ ਸਾਹਿਬ ਤੋਂ ਜੋ ਮੈਂ ਸੁਣਿਆ ਉਹ, ਹੈ ਨਾ। ਪਰ ਫਿਰ ਉਹ ਜਿੱਦਾਂ ਮੇਰੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਆਪਾਂ ਤੁਹਾਨੂੰ ਸਵੇਰੇ ਜਿੱਦਾਂ ਹੈ ਨਾ ਮੂੰਹ ਨੇਰੇ ਛੱਡਾਂਗੇ, ਅਤੇ ਵੀ ਮੈਂ ਬੰਦੇ ਲੈ ਕੇ ਆਊਂਗਾ ਅਤੇ ਆਪਾਂ ਸਵੇਰੇ ਛੱਡਿਆ ਆਉਣਾ ਤੁਹਾਨੂੰ। ਪਰ ਉਹ ਸਵੇਰਾ ਜਿੱਦਾਂ ਕਹਿ ਲਓ ਵੀ ਆਇਆ ਨਹੀਂ ਉਹਨਾਂ, ਅਤੇ ਕਿਸੇ ਨੇ ਧਾਵਾ ਬੋਲਤਾ ਰਾਤ ਨੂੰ। ਸੋ ਉਹਨਾਂ ਦਾ ਇੱਕ ਜਿਹੜਾ ਪੁੱਤਰ ਸੀਗਾ ਉਹ ਜਿੱਦਾਂ ਉਹਦੀ ਮੌਤ ਹੋ ਗਈ ਸੀ ਗੋਲੀ ਲੱਗਣ ਨਾਲ, ਅਤੇ ਪਰ ਮੁੜ ਕੇ ਜਿੱਦਾਂ ਮੈਨੂੰ ਲਾਈਕ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਸੀਗਾ ਵੀ ਕੋਈ ਉਹਨਾਂ ਦੀ ਇਨਫੋਰਮੇਸ਼ਨ ਹੋਵੇ ਕੋਈ, ਇੱਦਾਂ ਦੀਆਂ ਮਿਲੀ ਨਹੀਂ। ਹਜ਼ਾਰਾਂ ਕਹਾਣੀਆਂ ਜੀ ਅਸੀਂ ਸੁਣਦੇ ਹਾਂ, ਅਸੀਂ ਬਜ਼ੁਰਗਾਂ, ਨਾਨਾ ਮੇਰਾ ਸੀਗਾ, ਅਤੇ ਉਹ ਮਾੜੀ ਜਿਹੀ ਦੇਸ਼ ਦੀ ਗੱਲ, ਦੇਸ਼ ਹੀ ਮੂੰਹ 'ਚੋਂ ਨਿਕਲਦਾ ਸੀ, ਰੋ ਪੈਂਦਾ ਸੀ।
ऐसे ओ हर शायद दिल अपना उत्थे छड आए पिछे की रह गया। बिल्कुल हाँ जी, ते ओ अखीरले वेले तक यही कहंदे सी वी असीं उड के उत्थे चले जाइए, इदां दी ओ तां दास्तान ही होर आ। अच्छा मैं गल ये करदा सी वी तुसीं देख सकदे आ वी इस टाइम मेरे कोल बैठे चढ़दे पंजाब तों की नाम दस्सिया हरमीत जी, हरमीत जी बैठे मेरे को, हरमीत भाजी बैठे। अच्छा तुसीं देखो भी कोई देखण जो कोई पता लगता जे मैं ना दसदा भी ये चढ़ते पंजाब चो आ किसी गल तो मासा भी लगता हो इको जे असी बे पंजाबी फिर सा मैं ये कहना भी उधरले पंजाब वाले अपने हक वास्ते खड़े हो सकते हैं, वो सानू की असी भी इन्हों वर्गे ही हाँ, कोई मासा फर्क नहीं देखण तो फिर सा असी क्यों अपना हक नहीं मंगते, असी क्यों नहीं खलो सकते। पंजाबी की आप गल करते हैं जिदा साढ़े पंजाबी कैनेडा के दूजे नंबर की भाषा है जी, इन्ने के पंजाबी आ उत्थे माशाल्लाह माशाल्लाह। हाँ जी जिदा साढ़े उत्थे टोरंटो का जिहड़ा शहर आ ब्रैम्पटन उत्थे बहुत पंजाबी आ। हाँ तुसी आम जिदा सड़कां ते मुंडे जिहड़े साढ़े वाले उधरों पंजाब तो गए आ मतलब सोहनिया सोहनिया दस्तारा सजा के, खैर मैनू बननी नहीं आती पर मैं हुण जिदा साढ़े गुरु साहब ने यह दी आ दस्तार सानू दसवें पातशाह ने, क्यों क्यों तो मैं तो अरदास करके आया भी मैनू मतलब हिम्मत बख्शो है ना कि मैं अपने केस दाड़ा रख सकता है ना। वाह वाह वाह, मालक दऊ हिम्मत भी दऊ। इदा ही साढ़े सरी आ, सरी बहुत पंजाबी आ जिथे असं रहने। मैं पिछले लाइक ऑलमोस्ट 40 साल हो गया मैं उत्थे रेंदे नूं ते उत्थे भी बहुत पंजाबी आ, जिदा मुंडे आम जिदा पगां बन के कुर्ते पजामे पा के पंजाबी पहरावा पा के है ना करदे। कैलगरी च काफ़ी पंजाबी आ, जिदा तुसीं कनेडा दा कोई शहर लै लो ਕਿਤੇ ਵੀ ਚਲ ਜਾਓ ਕਿਤੇ ਵੀ ਚਲ, ਹਾਂ ਤੇ ਤੁਹਾਨੂੰ ਪੰਜਾਬੀ ਜ਼ਰੂਰ ਮਿਲਣਗੇ। ਵਾਹ ਵਾਹ, ਜਿਉਂਦੇ ਵੱਸਦੇ ਰਹੋ। ਤੁਸੀਂ ਅੱਗੇ ਕਿਹਾ ਨਾ ਵੀ ਮੈਂ ਮਾਲਕ ਤੋਂ ਮੰਗੀ ਆ ਵੀ ਮਾਲਕਾ ਉਹ ਪੱਗ ਵੀ ਮਤਲਬ ਦਸਤਾਰ ਤੇ ਹੈ ਵੀ ਆਪਣਾ ਸਿੱਖੀ ਨੂੰ ਅਪਣਾਵਾਂ ਆਪਣੇ ਜਿੱਦਾਂ ਪਹਿਨਾ ਵਿੱਚ, ਬਹੁਤ ਸੋਹਣੀ ਗੱਲ ਆ ਮਾਲਕ ਦਾ। ਮੈਂ ਕਹਿੰਦਾ ਚਲੋ ਜਿਹੜੇ ਕਿਸੇ ਟਾਈਮ ਇੱਕ ਮਿਸਾਲ ਆ, ਚਲੋ ਹਜੇ ਨਹੀਂ ਬਣ ਰਹੇ ਪਰ ਉਹ ਦਸਤਾਰ ਦੀ ਇੱਜ਼ਤ ਕਰਨ। ਬਿਲਕੁਲ, ਇੱਜ਼ਤ ਕਰਨਗੇ ਨਾ ਇੱਕ ਦਿਨ ਬਣ ਵੀ ਲੈਣਗੇ ਕਿ ਨਹੀਂ। ਬਿਲਕੁਲ। ਅੱਛਾ ਹੁਣ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਂਦਾ ਅਤੇ ਤੁਹਾਨੂੰ ਵੀ ਆ ਕੇ ਅਸੀਂ ਤੰਗ ਕੀਤਾ, ਕੋਈ ਗੱਲ ਨਹੀਂ। ਅਸੀਂ ਰਣਜੀਤ ਭਾਜੀ ਇਸ ਟਾਈਮ ਸਾਡੇ ਕੋਲ ਬੈਠੇ ਹਾਂ, ਰਣਜੀਤ ਭਾਜੀ ਦਾ ਅਸੀਂ ਹਰਮੀਤ ਹਰਮੀਤ ਸਿੰਘ ਜੀ ਹਰਮੀਤ, ਹਾਂਜੀ ਹਲ ਕੋਈ ਨਹੀਂ, ਮੈਂ ਨਾ ਨਾ ਚ ਕੁਛ ਨਹੀਂ ਰੱਖਿਆ, ਤੁਸੀਂ ਰਾਈਟ ਤੁਸੀਂ ਪਿਆਰ ਕਰਦੇ ਆ ਹਾਂ ਬਸ ਇੰਨਾ ਬਹੁਤ ਆ ਆਪਾਂ ਨੂੰ, ਆਪਾਂ ਇੱਥੇ ਆਏ ਹਾਂ। ਮੈਂ ਦੱਸ ਨਹੀਂ ਸਕਦਾ ਲਾਈਕ ਅਸੀਂ ਪਹਿਲਾਂ ਡਰਦੇ ਸੀ ਹੈ ਨਾ, ਆਉਣਾ ਤਾਂ ਬਹੁਤ ਟਾਈਮ ਦੇ ਚਾਹੁੰਦੇ ਸੀ ਅਸੀਂ, ਪਰ ਜਿਹੜਾ ਮਨ 'ਚ ਡਰ ਹੁੰਦਾ ਫਿਰ ਉਹ ਸਭ ਤੋਂ ਪਹਿਲਾਂ ਜਿੱਦਾਂ ਮੈਂ ਫੋਲੋ ਕਰਨਾ ਸ਼ੁਰੂ ਕੀਤਾ, ਜਿੱਦਾਂ ਇੱਕ ਗਰੁੱਪ ਸੀਗਾ ਫੇਸਬੁੱਕ 'ਤੇ ਇੰਡੀਆ ਪਾਕਿਸਤਾਨ ਹੈਰੀਟੇਜ ਕਲੱਬ ਹੈ ਨਾ, ਉਹਦੇ ਤੋਂ ਬਾਅਦ ਫਿਰ ਮੈਨੂੰ ਉੱਥੋਂ ਆਪਣੇ ਆਈ ਥਿੰਕ ਉਹ ਇਸਲਾਮਾਬਾਦ ਰਹਿੰਦੇ ਆ ਸ਼ਾਹਿਦ ਸ਼ਬੀਰ ਬਾਬਾ ਜੀ, ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਫਿਰ ਵਿੱਚੋਂ ਥੋੜ੍ਹੇ ਟਾਈਮ ਬਾਅਦ ਮੈਨੂੰ ਨਾਸਰ ਭਾਜੀ ਢਿੱਲੋਂ ਸਾਹਿਬ ਉਹ ਮਿਲ ਗਿਆ, ਹਾਂਜੀ ਉਹ ਮਿਲ ਗਿਆ, ਫਿਰ ਵਿੱਚੋਂ ਤੁਸੀਂ ਲੱਭ ਗਿਆ, ਵਿਕਾਸ ਜੀ ਲੱਭ ਗਿਆ, ਸਾਰੇ ਹੌਲੀ ਹੌਲੀ ਜਿੱਦਾਂ ਮਿਲ ਗਿਆ, ਫਿਰ ਜੈਬੀ ਭਰਾ ਹੈ ਨਾ ਉਹ ਨਾਸਰ ਤਾਂ ਗੰਢੜੀ ਦਾ ਨਾਮ ਆ ਨਾ, ਗੰਢੜੀ ਖੋਲੋਂਗੇ ਵਿੱਚ ਅਸੀਂ ਸਾਰੇ ਨਿਕਲਾਂਗੇ। ਅਤੇ ਉਹ ਫਿਰ ਮੈਂ ਜਿੱਦਾਂ ਮੈਂ ਫਿਰ ਸਾਰਿਆਂ ਨੂੰ ਹੌਲੀ ਹੌਲੀ ਫੋਲੋ ਕਰਦਾ ਰਿਹਾ, ਫਿਰ ਜਿੱਦਾਂ ਜਿੱਦਾਂ ਮੈਂ ਤੁਹਾਡੀਆਂ ਵੀਡੀਓਜ਼ ਦੇਖੀਆਂ ਉੱਦਾਂ ਉੱਦਾਂ ਜਿੱਦਾਂ ਫਿਰ ਮੇਰੀ ਜਿਹੜੀ ਸਾਡਾ ਜਿਹੜਾ ਡਰ ਸੀ ਉਹ ਚੰਗ ਹੋ ਗਿਆ, ਸਪੈਸ਼ਲੀ ਜਦੋਂ ਆਪਣੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀਗਾ ਨਾ, ਜਨਮ ਦਿਹਾੜਾ ਸੀਗਾ, ਉਦੋਂ ਇਹਨਾਂ ਨੇ ਵੀਡੀਓ ਬਣਾਈਆਂ ਉਹ ਆਪਣੇ ਖੁਸ਼ੀ ਅਤੇ ਰਿਪਨ ਆਏ ਸੀ ਹੈ ਨਾ, ਉਹ ਤੋਂ ਫਿਰ ਜਿਹੜੀ ਮਤਲਬ ਕਹਿ ਲਓ ਵੀ ਡਰ ਜਾਂ ਭੈ ਸੀਗਾ ਨਾ ਉਹ ਚੰਗ ਹੋ ਗਿਆ। ਹੁੰਦਾ ਜੀ ਬੰਦਾ ਜਿੱਥੇ ਜਿਹੜੀ ਥਾਂ 'ਤੇ ਬੰਦਾ ਨਾ ਕਦੀ ਗਿਆ ਹੋਵੇ, ਫਿਰ ਹੁਣ ਤਾਂ ਲਕੀਰਾਂ ਵੱਜੀਆਂ ਜਿਹਨੂੰ ਆਪਾਂ ਸੱਦਦੇ ਹਾਂ ਬਾਰਡਰ, ਫਿਰ ਇਹ ਇਹਨਾਂ ਚੀਜ਼ਾਂ ਦਾ ਖੌਫ ਬਣਿਆ, ਹੋਰ ਗੱਲ ਤਾਂ ਕੁਛ ਵੀ ਨਹੀਂ। ਹੁਣ ਤੁਸੀਂ ਇੱਥੇ ਆ ਗਏ ਹਾਂ, ਤੁਹਾਨੂੰ ਮਾਲੂਮ ਹੋ ਰਿਹਾ ਵੀ ਤੁਸੀਂ ਚੜ੍ਹਦੇ 'ਚ ਬੈਠੇ ਹਾਂ ਕਿ ਲਹਿੰਦੇ 'ਚ ਬੈਠੇ ਹਾਂ? ਇੱਦਾਂ ਤਾਂ ਕੁਛ ਹੈ ਹੀ ਨਹੀਂ, ਲੱਗਿਆ ਹੀ ਨਹੀਂ ਕੁਛ ਵੀ, ਜਿੱਦਾਂ ਅਸੀਂ ਜਿਹਦੇ ਜਿਹਨੂੰ ਵੀ ਮਿਲੇ ਹਾਂ ਹੈ ਨਾ, ਜਿੱਦਾਂ ਜਿੱਦਣ ਅਸੀਂ ਆਏ ਹਾਂ ਆਉਂਦੇ ਹੀ ਅਸੀਂ ਨਨਕਾਣਾ ਸਾਹਿਬ ਗਏ ਸੀ, ਰਾਸਤੇ 'ਚ ਬਕਾਰ
हाँ जी अच्छा। उन्होंने डेरे ते गए उन्हें पूरी पूरी आव भगत की साड़ी है ना अच्छा। लग्या ही नहीं इदा फिर एक दिन फिर उसी दिन सानू लवली भाजी मिल गया उत्थे उन्होंने है ना उन्होंने घरे गया उन्हें पूरी सेवा की। हाँ जी अच्छा माशाल्लाह एक दिन ये विकास हुई सानू अपने इन्हों के कोई रिश्तेदार है राणा साहब साडा बेटा जेड़ा वो पिंड च रहना लाइक करता है ना अच्छा। ते फिर आप तुम पिंड दिखा के लिया पूरी मतलब जिन्या नू भी असीं मिले हाँ किसी ने लग्या नहीं इदा भी बस आई गल मैं तो सारे यही कहूंगा भाई जे थोड़े मन च डर कढ दो कोई इदा की गल नहीं है ना नहीं जिथे बाबा नानक साहब बैठे हो उत्थे डरन की लोड़ ही कोई नहीं आ जाओ बिल्कुल तुहाडा आपदा। अच्छा जी असीं थोड़ा नाम है सीधा लेना हरमीत हरमीत हाँ जी हाँ जी कोई गल नहीं चलता पे मैनू जो किसी का नाम भुल जाना तो मैं कहना ना भाई तेरा पूरा नाम की है रिपीट कर दे हरमीत भाजी जी साढ़े लागे बैठे इस टाइम चढ़ते पंजाब कनेडा तो आए इत्थे पाकिस्तान मत्था टेक ननकाणा साहब ते साड़ी इन्हां नाल मुलाकात हुई बड़ा चंगा लग्या बड़े दुख सुख सांझे कीते पुरानियां यादां असीं ताज़ा कीतियां गल्लां बातां असीं करदे रहे हैं बहुत चंगा लगा रब थानू खैरी सलामती पचावे हुण तुसीं कनेडा जाणा चढ़दे पंजाब असीं पहलां चढ़दे पंजाब जाणा फिर उत्थों जाणा उत्थों जाणा चलो मालक थानू सही सलामत खैरी सलामती आप दी मंजिल ते पचावे ते बहुत शुक्रिया। अच्छा मैं खुद साहब आया सो किवें दिखावांगे तंग जुती नंग जवाई तंग जुती जुती तंग जवाई नंग दो मत मार जुती ने तंग किया मैं पता लग गया। अच्छा तुसी हाला पा के देखो थोड़े जो पूरा आ जाए मेरे को तोहफा सही नहीं भरावा तू नहीं नहीं ना ना एक कॉलेज जांदा है असि जांदा है जांदा भरावा इनू एदे विच सरों दा तेल ला कॉलेज जांदा देख देख भी गया नहीं मैं सूला नहीं मार रहा थोड़े जो पूरा आंदा ना पा के देखो नहीं कोई ट्राई तो कर लो असि जाना लैण हुण किथे लैण जाना इत्थो जाना ले आ ले चलिए थोड़े असन स्पेशल लग जाना ट्राली ट्रुली तो कोई नहीं हाथ का बनया है ये उस तो भी ज्यादा हाथ के सोने बने तो लगते हैं। अच्छा हाथ के बने होंगे तो होर बरल मैं दिलों कह रहा सीगा जे पैसा तुहाडे पूरा आंदा सीगा तो देख लो ऐसे की नंबर की है तुहाडा साइज पर पैर दे तो हैगा 8 8 ना एकदम घुमा दे 8 नंबर मेरे आना नहीं जी मेरे 10 नंबर आऊंगा चलो अच्छा 10 नंबर है मेरा पैर चलो भरावा बेटे मेरे तो एदो भी बड़ा है 13 नंबर आऊंगा। अच्छा माशाल्लाह माशाल्लाह वो भी बेकार ही है हां बेकार पिंडर नहीं ओदा ओदे फोटो फोटो रब ਨੂੰ ਸੇ ਸਲਾਮਤੀ ਦਵੇ ਹੁੰਦੇ ਨਾ ਹੱਸਦੇ ਰਹੀਦਾ ਹੁੰਜ ਹਾਂ ਜੀ ਹਾਂ ਪੈਰ ਬਹੁਤ ਵੱਡੇ ਉਹਦੇ ਇਹ ਮੇਰਾ ਬੇਟਾ ਹੈ ਤਾਂ ਹੱਲੇ ਆ ਜਨਵਰੀ ਚ 13 ਸਾਲਾਂ ਦਾ ਹੋਇਆ ਹੱਲੇ ਮਾਸ਼ਾਅੱਲਾ ਹਾਂ ਜੀ ਤੇ ਉਹਦੇ 13 ਨੰਬਰ ਆਉਂਦਾ 13 ਸਾਲਾਂ ਦਾ ਪਿਆਰ ਵੀ 13 ਨੰਬਰ ਦਾ ਹੈ ਵਕਾਰ ਨੂੰ ਮੈਂ ਕਹਿੰਦਾ ਹੁੰਦਾ 100 ਸਾਲ ਉਮਰ ਕਰਿਆ ਭੱਲੇ ਵਕਤਾਂ 'ਚ ਨਾ ਚੋਰ ਹੁੰਦੇ ਸੀ ਉਹਨਾਂ ਦੇ ਖੁਰੇ ਦੇਖਦੇ ਹੁੰਦੇ ਸੀਗੇ ਅਤੇ ਉਹ ਖੁਰਾ 14-14 ਇੰਚ ਹੁੰਦਾ ਸੀ ਵਕਾਰ ਮੈਂ ਕਿਹਾ ਤੇਰਾ ਉਹ ਪੈਰ ਆ ਪੁਰਾਣੇ ਚੋਰਾਂ ਅੱਛਾ ਮੈਂ ਉਹਦਾ ਹੱਥ ਦੇਖ ਕੇ ਉਹਨੇ ਮੇਰੇ ਬੇਟੇ ਨਾਲ ਹੱਥ ਮਿਲਾਉਂਦਾ ਸੀ ਉਹਨੇ ਇੱਦਾਂ ਰੱਖਿਆ ਉਹ ਉਹਦੀਆਂ ਤਾਂ ਉਂਗਲਾਂ ਡੱਡੀਆਂ ਵੱਧ ਉਹਦੇ ਹੱਥ ਤੋਂ ਮਾਸ਼ਾਅੱਲਾ ਕਿੱਡਾ ਹਾਂ ਉਹ ਕੰਮ ਕਰਦਾ ਰਿਹਾ ਸ਼ੁਰੂ ਤੋਂ ਨਿੱਕਾ ਹੁੰਦਾ ਕੰਮ ਕਰਦਾ ਰਿਹਾ ਮਾਸ਼ਾਅੱਲਾ ਸੋਹਣਾ ਜਵਾਨ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਤੇ ਬਹੁਤ ਮਿਹਨਤੀ ਬਹੁਤ ਮਿਹਨਤੀ ਮਿਹਨਤੀ ਪਰਿਵਾਰ ਹੈ ਹਾਂਜੀ ਹਾਂਜੀ ਸਾਰੇ ਮਿਹਨਤੀ ਸਾਰੇ ਮਿਹਨਤੀ ਤੇ ਉਹ ਜੋ ਦਿਨ ਹੱਸੀ ਹੁੱਸੀ ਦਾ ਜਿੱਦਾਂ ਤੁਸੀਂ ਦਾ ਅਤੇ ਫਿਰ ਬੰਦ ਕਰਾਓ ਕਰੋ ਜੀ ਕਰੋ ਠੀਕ ਹੈ ਹਰਮੀਤ ਭਾਅ ਜੀ ਨੂੰ ਅਸੀਂ ਮਿਲਦੇ ਹਾਂ ਜੀ ਅਸੀਂ ਅਤੇ ਚੱਲ ਬੰਦ ਕਰ ਦੇ हरमीत भाजी मेरे वास्ते तोहफा की लैके आए मैं लैलपुर का रहने वाला लैलपुरिया की मठियाई
ਲੈਲਪੁਰੀਆਂ ਦੀ ਮਠਿਆਈ ਹੱਟੀ ਲੈਲਪੁਰੀਆਂ ਦੀ ਹੱਟੀ ਚੜ੍ਹਦੇ ਪੰਜਾਬ ਚੋਂ ਉੱਥੋਂ ਤੋਹਫਾ ਲੈ ਕੇ ਆਏ ਲੈਲਪੁਰੀਆਂ ਦੀ ਮਠਿਆਈ ਆ ਕਹਿੰਦੇ ਲੈਲਪੁਰੀਆਂ ਹੀ ਖਾਣਗੇ ਫਿਰ ਅਸੀਂ ਖਾਧੀ ਆ ਲਾਚਾ ਕਹਾਂਗੇ ਚਾਦਰਾਂ ਕਹਾਂਗੇ ਇਹ ਲਾਚਾ ਇਹ ਲਾਚਾ ਠੀਕ ਹੋ ਗਿਆ ਅੱਜ ਤੇ ਫਿਰ ਪੂਰੀ ਮੈਚੋ ਮੈਚਿੰਗ ਹੋਈ ਹੈ ਇਹ ਫਿਰ ਏਦਾਂ ਸੀ ਨਾ ਅੱਜ ਮਾਂ ਬੋਲੀ ਦਾ ਦਿਹਾੜਾ ਸੀ ਫਿਰ ਉਹ ਪ੍ਰੋਗਰਾਮ ਦੇ ਵਿੱਚ ਜਿਹੜੀ ਨਿਸਬਤ ਨਾਲ ਸਾਨੂੰ ਸੱਦਿਆ ਜਿਹੜੇ ਸਾਗ ਨਾਲ ਸੱਦਿਆ ਅਸੀਂ ਫਿਰ ਉਹ ਸਾਗ ਪੂਰਾ ਬਣਾ ਕੇ ਵਧੀਆ ਲੱਗਦਾ ਪਿਆ ਹਨਾ ਜੀ ਆਪਣਾ ਉਂਝ ਅਸੀਂ ਉੱਥੇ ਮਤਲਬ ਪੱਠੇ ਪੁੱਠੇ ਵੱਢਣ ਲੱਗੇ ਚਿੱਟਾ ਸੂਟ ਨਹੀਂ ਪਾਉਂਦੇ ਪਰ ਜੇ ਇਸ ਟਾਈਮ ਪ੍ਰਾਹੁਣਚਾਰੀ ਜਾਣਾ ਜਾਂ ਕਿਸੇ ਪ੍ਰੋਗਰਾਮ 'ਚ ਜਾਣਾ ਤੇ ਆਹ ਹੁਣ ਤੂੰ ਮੇਰਾ ਕੁਰਤਾ ਦਿਖਾਵਾਂ ਹਾਂ ਹਾਂ ਜ਼ਰੂਰੀ ਹੈ ਉੱਥੇ ਉੱਠੇਗਾ ਤੇ ਹਾਂ ਸੋਹਣਾ ਲੱਗਦਾ ਪਿਆ ਅੱਜ ਤੇ ਜੱਟ ਪੂਰਾ ਚਚਿਆ ਨਹੀਂ ਇਹ ਸਵਾਇਆ ਕਿਹਦੇ ਕੋਲ ਅੱਛਾ ਵਾਹ ਪੂਰੀਆਂ ਚੋਣਾਂ ਪਾਈਆਂ ਅਗਲੇ ਨੇ ਆਹ ਕੀ ਕਿਹਦਾ ਇਹਨੂੰ ਐਕਸਟਰਾ ਕੱਪੜਾ ਲੱਗਾ ਹੋਣਾ ਥੋੜਾ ਜਿਹਾ ਜ਼ਿਆਦਾ ਕੱਪੜਾ ਲੱਗਾ ਆਮ ਕੱਪੜਿਆਂ ਨਾਲੋਂ ਇਹਨੂੰ ਕਹਿੰਦੇ ਗੁੰਮ ਸਿਲਾਈ ਅੱਛਾ ਇਹ ਨਜ਼ਰ ਹੀ ਨਹੀਂ ਆਉਂਦੀ ਇਹ ਮਸ਼ੀਨ ਤੇ ਨਹੀਂ ਸੀ ਹੁੰਦਾ ਹੱਥ ਨਾਲ ਸੀ ਕੋਈ ਨਹੀਂ ਕੋਈ ਨਹੀਂ ਚਾਚਾ ਲੱਗਦਾ ਹਾਂ ਕੋਈ ਗੱਲ ਨਹੀਂ ਝੰਗ ਦੇ ਵਿਚ ਕਰਦੇ ਆ ਜੀ ਗੁੰਮ ਸਿਲਾਈ ਇਹ ਮਸ਼ੀਨ ਤੇ ਨੀ ਸਿੰਦੇ ਹੱਥ ਨਾਲ ਸਿੰਦੇ ਆ ਤੇ ਇਹ ਗੁੰਮ ਸਿਲਾਈ ਹੁੰਦਾ ਇਹ ਆਮ ਸੂਟ ਨਾਲੋਂ ਥੋੜਾ ਜਿਹਾ ਕੁਰਤੇ ਨਾਲੋਂ ਇਹ ਖੁੱਲਾ ਹੁੰਦਾ ਸੋਹਣਾ ਵੀ ਲੱਗਦਾ ਪਿਆ ਨਾ ਸੋਹਣਾ ਲੱਗਦਾ ਹਜੇ ਤਾਂ ਇਹਦੇ ਤੇ ਬੜਾ ਕੁਝ ਹੋ ਸਕਦਾ ਸੀ ਮੈਂ ਕਰਾਇਆ ਨਹੀਂ ਉਹ ਫਿਰ ਆਰਫ ਲਵਾਰ ਨਾਲ ਜਾ ਮਿਲਣਾ ਸੀ ਤੁਸੀਂ ਹਲੋ ਯਾਰ ਤੁਸੀਂ ਚਾਹ ਪੀਓ ਤੋਹਫਾ ਲੈ ਕੇ ਆਏ ਤੇ ਬੁਸ਼ਰਟ ਲੈ ਕੇ ਆਏ ਉਹ ਕਹਿੰਦੇ ਵੀ ਪਤਾ ਨੀ ਤੂੰ ਪਾਉਂਦਾ ਕਿ ਨਹੀਂ ਪਾਉਂਦਾ ਪਰ ਉਹ ਉਸ ਹਿਸਾਬ ਨਾਲ ਸਭ ਤੋਂ ਵਧੀਆ ਸ਼ਾ ਲੈ ਕੇ ਆਏ ਤੇ ਮੇਰੇ ਸਿਰ ਮੱਥੇ ਦੇ ਮੈਂ ਪਾਊਂਗਾ ਚਾਹੇ ਮੈਂ ਪਾਉਂਦਾ ਚਾਹੇ ਮੈਂ ਨਹੀਂ ਪਾਉਂਦਾ ਇਹ ਮੈਂ ਪਾਊਂਗਾ ਹਾਂ ਮੈਨੂੰ ਬੜਾ ਚੰਗਾ ਲੱਗਿਆ ਜੀਉਣ ਦੇ ਵਾਸਤੇ ਰਹੋ ਰੱਬ ਕਰੇ ਇਹ ਏਦਾਂ ਹੀ ਪਿਆਰ ਬਣਿਆ ਰਹੇ ਤੇ ਰੱਬ ਅਗਲੀ ਮੁਲਾਕਾਤ ਵੀ ਕਰਾਵੇ ਅਗਲੀ ਚਿੱਠੀ ਰਾਜੂ